ਬੀਤੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਪੱਧਰ ਸਹਿ ਵਿੱਦਿਅਕ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਵਿਖੇ ਕਰਵਾਏ ਗਏ। ਖੇਤਰ ਪੱਧਰ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੇ 6 ਜ਼ਿਲ੍ਹਿਆਂ ਜਲੰਧਰ, ਲੁਧਿਆਣਾ, ਮੋਗਾ, ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। 3 ਦਿਨ ਇਹ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਵਿਖੇ ਕਰਵਾਏ ਗਏ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਜਰਿੰਦਰਜੀਤ ਕੌਰ ਨੈਸ਼ਨਲ ਅਵਾਰਡੀ ਨੇ ਬਹੁਤ ਬਾਖੂਬੀ ਨਾਲ ਸਾਰੇ ਪ੍ਰੋਗਰਾਮਾਂ ਦਾ ਆਯੋਜਨ ਕਰਵਾਇਆ। ਉਚੇਚੀ ਤੌਰ ਤੇ ਪਹੁੰਚੇ ਵਿਸ਼ਾ ਮਹਾਰ ਸਰਦਾਰ ਹਰਜਿੰਦਰਪਾਲ ਸਿੰਘ ਨੇ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਇਹਨਾਂ ਸਾਰੇ ਮੁਕਾਬਲਿਆਂ ਨੂੰ ਨੇਪਰੇ ਚਾੜਿਆ। ਸਾਡੇ ਚੈਨਲ ਦੇ ਨਾਲ ਉਹਨਾਂ ਨੇ ਜਲਵਾ ਕਰਦਿਆਂ ਦੱਸਿਆ ਕਿ ਸਰ ਸਾਡੇ ਕੋਲ 17 ਇਵੈਂਟਸ ਨੇ, ਇਹ ਸੈਕੰਡਰੀ ਮੁਕਾਬਲੇ ਜਿਹੜੇ ਅਸੀਂ ਕਰਵਾ ਰਹੇ ਹਾਂ 3 ਦਿਨ। ਪਹਿਲੇ ਦਿਨ ਅਸੀਂ ਕਰਵਾਏ ਆ ਪਰਸੋਂ ਜਾ ਰਹੇ ਕਿ ਪ੍ਰਾਇਮਰੀ ਦੇ, ਉਸ ਤੋਂ ਅਗਲੇ ਦਿਨ ਮਿਡਲ ਦੇ, ਅੱਜ ਸੈਕੰਡਰੀ ਦੇ ਨੇ। 17 ਮੁਕਾਬਲੇ ਨੇ, ਇਹਨਾਂ ਵਿੱਚ ਸ਼ਬਦ ਗਾਇਨ, ਗੀਤ, ਲੋਕ ਨਾਚ, ਭੰਗੜਾ, ਗਿੱਧਾ, ਸੁੰਦਰ ਲਿਖਾਈ, ਚਿੱਤਰਕਲਾ, ਸ਼ਬਦ ਜੋੜ, ਵਨ ਐਕਟ ਪਲੇ, ਗੱਤਕਾ ਮੁੰਡਿਆਂ ਦਾ ਅਤੇ ਕੁੜੀਆਂ ਦਾ ਵੱਖਰਾ ਵੱਖਰਾ ਹੈ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਤੁਹਾਡਾ ਆਪਣਾ ਗੁਰਸੇਵਕ ਸਿੰਘ ਸੰਧੀਲਾ। ਧੰਨਵਾਦ।